ਖਾਦਾ ਤੇ ਲੱਲੂ ਭਾਜੀ ਪਰ ਪੰਗਾ ਇੱਕ ਵੀ ਹੈਗਾ ਅਸੀਂ ਤੇ ਪਸੰਦ ਕਰਕੇ ਲਾਏ ਨਾ ਬਸ ਜਨਾਨੀਆਂ ਨੇ ਨਹੀਂ ਪਸੰਦ ਆਉਂਦਾ ਵੇਖੀਏ ਸਹੀ ਆਜੋ ਯਾਰ ਆਜੋ ਦੇਖ ਲਓ ਆ ਕੇ ਦਿਖਾ ਯਾਰ ਦੇਖੋ ਕੀ ਵੈਰਾਈਟੀ ਹੈ ਲਓ ਜੀ ਪਾਕਿਸਤਾਨ ਚ ਸ਼ਾਪਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਦੇਖੋ ਸਭ ਵਧੀਆ ਧੰਨਵਾਦ ਸਕਸੈਸਫੁਲ ਹੁੰਦੇ ਆ ਕਿ ਨਹੀਂ ਹੁੰਦੇ ਅੱਛਾ ਸਭ ਵਧੀਆ ਜੀ ਵਧੀਆ ਤੁਸੀਂ ਸੁਣਾਓ ਆਪਣੇ ਵਾਸਤੇ ਲੈਣਾ ਹੈ ਕਿ ਜਨਾਨੀ ਵਾਸਤੇ ਲੈਣਾ ਹੈ ਸਾਡੇ ਵਾਸਤੇ ਕੀ ਹੈਗਾ ਤੇ ਜਨਾਨੀ ਵਾਸਤੇ ਬੋਸ ਕੀ ਕੁੜਤਾ ਪਜਾਮਾ ਹੈ ਅੱਛਾ ਜਨਾਨੀ ਵਾਸਤੇ ਜਨਾਨੀ ਵਾਸਤੇ ਹੈ ਚੁੰਨੀਆਂ ਦੁਪੱਟੇ ਸੂਟ ਪਲੱਛੇ ਜਾਰਜਰ ਆਲਮੋਸਟ ਵੈਲਵਟ ਹੈ ਕੀ ਵੈਲਵਟ ਵੈਲਵਟ ਹੀ ਹੋਇਆ ਯਾਰ ਦਿਖਾਓ ਇਹ ਦੇਖੋ ਇਹ ਲੱਗੀ ਹੈ ਡਿਸਪਲੇ ਬਾਹਰ ਲੱਗੇ ਨੇ ਸਾਹਮਣੇ ਪਰ ਕੋਈ ਸੁਜੈਸਟ ਕਰੋ ਤੇ ਬਰਵਾਏ ਜੇ ਜਨਾਨੀ ਵਾਲੇ ਦੇਖੀ ਜੇ ਓ ਯਾਰ ਸ਼ਰਟ ਪੀਸ ਇਹ ਕਿੰਨੇ ਦਾ ਇਹ ਹੈਗੀ ਦੀ ਸ਼ਲਵਾਰ ਇਹ ਹੈਗਾ ਦਾ ਦੁਪੱਟਾ ਇਹ ਤੁਹਾਨੂੰ ਮਿਲੇਗਾ ਇੰਡੀਅਨ ਕਰੰਸੀ ਚ 1500 ਦਾ ਤੇ ਪਾਕਿਸਤਾਨੀ ਕਰੰਸੀ ਚ 3000 ਦਾ ਉਹ ਕੀ ਫਰਕ ਹੈ ਉਹ ਕੀ ਸਿਸਟਮ ਹੈ ਪਾਣੀ ਪਾਈ ਰੀਆਂ ਐਂਡ ਜੋ ਦੁਬਾਰਾ ਬਣਾਓ ਭਾਈ ਹਾਂ ਚਲੋ ਭਾਜੀ ਉਹ ਭਾਰਾ ਨਹੀਂ ਮੁੱਛਾ ਮੇਕੋ ਜਿਵੇਂ ਐਂਡ ਵਿੱਚ ਤਲਾਵਾਂ ਪਾਈ ਰੀਆਂ ਨਾ ਗੁੱਡੇ ਨੂੰ ਇਹ ਭਾਜੀ ਦਾ ਸਾਡਾ ਪਿਆਰ ਮੁਹੱਬਤ ਹੈ ਨਾਲੇ ਸੂਟ ਵੀ ਦੇਈਦਾ ਨਾਲੇ ਮੁਹੱਬਤ ਵੀ ਵੰਡੀ ਨਾਲੇ ਜੁਗਤਾਂ ਬਾਤ ਕਰ ਲਈਦੀਆਂ ਨਾ ਬਸ ਇਹ ਹੀ ਹੈ ਕਿ ਜਿਹੜਾ ਮਹਿਮਾਨ ਹੁੰਦਾ ਆਪਾਂ ਉਹਨੂੰ ਖੁਸ਼ ਕਰਕੇ ਕੱਲੀਦਾ ਇਹ ਭਾਈ ਦਾ ਮੂੰਹ ਵੇਖ ਲੋ ਇਹਦਾ ਮੂੰਹ ਵੇਖ ਲੋ ਐਨਕ ਵੇਖੋ ਇਹਦੀ ਨੋਬੀ ਤਾਂ ਸਾਂਡੂ ਹੁੰਦਾ ਇਹ ਭਾਜੀ ਦਾ ਇਹਦਾ ਮੂੰਹ ਵੇਖੋ ਜਿਵੇਂ ਚੂਹੇ ਫੜਨ ਵਾਲੀ ਮਸ਼ੀਨ ਹੁੰਦੀ ਹੈ ਅੱਲਾ ਮਾਫ ਕਰੇ ਉੱਥੇ ਜੁੱਤੀ ਪਈ ਹੁੰਦੀ ਹੈ ਆ ਵੀ ਭਾਜੀ ਸਮਝ ਲਵੋ ਐ ਤਾਂ ਅਸੀਂ ਛੇ ਭਰਾ ਦੇ ਕਦੀ ਕਦੀ ਮਰਾਸੀ ਵੀ ਬਣ ਜਾਂਦੇ ਆ ਕੋਈ ਗੱਲ ਨਹੀਂ ਬਸ ਭਾਜੀ ਬਹੁਤ ਇਹ ਵੀ ਬੜੀਆਂ ਹੁੰਦੀਆਂ ਨੇ ਇਹ ਦੋਨੋਂ ਮੌਸਮਾਂ ਵਿੱਚ ਚੱਲਦੀ ਹੈ ਪਰ ਇਹਨੂੰ ਵੈਲਵਟ ਨਹੀਂ ਇਹਨੂੰ ਪਲੱਛੀ ਆਂਦੇ ਨੇ ਜਿਹੜੀ ਪਲੱਛੀ ਹੋਵੇਗੀ ਨਾ ਇਹ ਦੋ ਜੀ ਕੀ ਕਹਿੰਦੇ ਆ ਇਹਨੂੰ ਆਂਦੇ ਨੇ ਪਲੱਛੀ ਤੁਹਾਡੇ ਇੰਡੀਆ ਵਿੱਚ ਮਿਲਦੀ ਹੈ ਵੈਲਵਟ ਹੈ ਇਹਨੂੰ ਪਾਕਿਸਤਾਨੀਆਂ ਨੇ ਨਾ ਪਲੱਛੀ ਇਹ ਗਰਮੀ ਸਰਦੀ ਦੋਨੋਂ ਵਿੱਚ ਚੱਲਦੀ ਹੈ ਓਕੇ ਇਹਦੇ ਵਿੱਚ ਦੋ ਕਲਰ ਆਂਦੇ ਇੱਕ ਲਾਈਟ ਦੇ ਵਿੱਚ ਆਂਦੇ ਨੇ ਇੱਕ ਡਾਰਕ ਦੇ ਵਿੱਚ ਨੇ ਤੁਹਾਨੂੰ ਜਿੰਨੇ ਮਰਜ਼ੀ ਡਿਜ਼ਾਈਨ ਆ ਖੋਗੇ ਮਿਲ ਜਾਣਗੇ ਆ ਕਮੀਜ਼ ਵਿੱਚ ਚੁੰਨੀ ਐਂਡ ਸ਼ਲਵਾਰ ਵਾਲੀ ਐਕਟਿਵ ਹੋ ਗਿਆ ਠੀਕ ਹੈ ਇੱਕ ਦੇ ਵਿੱਚ ਕਿਆ ਚੀਜ਼ ਆਂਦੀ ਹੋਊਗੀ ਇੱਕ ਦੂਸਰਾ ਡਿਜ਼ਾਈਨ ਤੀਸਰੇ ਡਿਜ਼ਾਈਨ ਵਿੱਚ ਕਹਿੰਦੇ ਐਲਾ ਇਹਨੂੰ ਆਂਦੇ ਨੇ ਵੈਲਵਟ ਗਰਮ ਐ ਸਿਰਫ ਸਰਦੀਆਂ ਦੇ ਵਿੱਚ ਚੱਲਦਾ ਹੈ ਗਰਮੀਆਂ ਦੇ ਵਿੱਚ ਆ ਨੀਚੇ ਵਾਲਾ ਜਿਹੜਾ ਨੀਚੇ ਵਾਲਾ ਦਿਖਾਓ ਕਿਹੜੇ ਕਲਰ ਦਿਖਾਵਾਂ ਸਭ ਤੋਂ ਨੀਚੇ ਵਾਲਾ ਸਭ ਤੋਂ ਨੀਚੇ ਵਾਲਾ ਸਲਾਈਡ ਦੇ ਵਿੱਚ ਨਾਮ ਵੀ ਇੰਤਜ਼ਾਰ ਨਾ ਨਾ ਵੈਲਵਟ ਨੂੰ ਇਹ ਗਰਮੀਆਂ ਵੀ ਦੀ ਦੋਨੋਂ ਮੌਸਮਾਂ ਦੇ ਪਾਕਿਸਤਾਨ ਹੋਰ ਇਥੋਂ ਕੀ ਖਾਓਗੇ ਇੱਕ ਹੈ ਗ੍ਰੇ ਕਲਰ ਮਿਲੇਗਾ ਇੱਕ ਪਿੰਕ ਕਲਰ ਦੇ ਵਿੱਚ ਇਹ ਹੈਗਾ ਕਿੰਨੇ ਦਾ ਮਿਲੇਗਾ ਤੇ ਸਹੀ चुन्नी ਕਰੰਸੀ ਦੇ ਜਿਹੜੀ ਲੈਣੀ ਹੋਵੇ ਤੇ ਚੇਂਜ ਕਰਤੀ ਜੀ ਕਰੰਸੀ ਤੇ ਜਿਹੜੀ ਹੈ ਉਹ ਦੋਈ ਸੁਣਿਆ ਤੁਸੀਂ ਪਾਕਿਸਤਾਨੀ ਦੇ ਦਿਓ ਤੁਸੀਂ ਜਿਹੜਾ ਮਰਜ਼ੀ ਲਵੋ ਤੁਸੀਂ ਭਾਵੇਂ ਡਾਲਰ ਦੇ ਪਾਕਿਸਤਾਨੀ ਦਿਓ ਜਾਂ ਇੰਡੀਅਨ ਦਿਓ ਇਹ ਸਾਡੇ ਕੋਲ ਹੁੰਦਾ ਨਾ ਦੇਖੋ ਕਿਹੜਾ ਰੰਗ ਦੇ ਆ ਵਿੱਚ ਉਹ ਲੋਣਾ ਕਿਤੇ ਦਾ ਕਲਰ ਤੇ ਫੇਸ ਸੂਟ ਕਰਾਂਗੇ ਤੁਹਾਨੂੰ ਜੀ ਗੱਲ ਬੰਦਾ ਸਾ ਤੁਸੀਂ ਸਾਡੇ ਮਹਿਮਾਨ ਤੁਹਾਡੇ ਨਾਲ ਪੈਸੇ ਸੀ ਵਾਦ ਲਾਂਦੇ ਚੰਗੇ ਨਹੀਂ ਲੱਗਦੇ ਜੋ ਦਿਲ ਕੀਤਾ ਭਰਾ ਨੂੰ ਦੇ ਰਿਆ ਜੇ ਨਹੀਂ ਇਹ ਸਾਡਾ ਮਕਸਦ ਹੀ ਕਿਤੇ ਮਤ ਕਰਨਾ ਜਿਹੜੇ ਪੇੜ ਦੀ ਖਾਤਰ ਜਿਹੜੇ ਝੂਠ ਬੋਲ ਕੇ ਪੈਸੇ ਕਮਾਉਂਦੇ ਸਾਡਾ ਉਹ ਸਾਹ ਨਹੀਂ ਅਸੀਂ ਸੱਚ ਬੋਲਨੇ ਤੇ ਥੋੜਾ ਕਮਾਉਂਦੇ ਆ ਜਿਹੜਾ ਦਿਲ ਲੱਗੋ ਤੁਸੀਂ ਸਾਡੇ ਵੀਰੋ ਕਿਹੜਾ ਦਿਆਂ ਭਾਈ ਕਲਰ ਕਿਹੜਾ ਵਧੀਆ ਵੇਖਿਓ ਕਲਰ ਵੇਖੋ ਕਲਰ ਭਾਈ ਗ੍ਰੇ ਸਭ ਤੋਂ ਜੀ ਉਹ ਨਾ ਮੇਰੀ ਇੱਕ ਆਪਣੀ ਸ਼ਾਈਨਿੰਗ ਹੈ ਲੋ ਜੀ ਕਿੰਨੇ ਦੇਈਏ ਫਿਰ ਦੱਸੋ ਵੀਰ ਜੀ ਬੱਸ ਕੋ ਜ਼ਿਆਦਾ ਵੀਰੋ ਬੈਠੋ ਵੀ ਕੀ ਨਾਮ ਹੈ ਦਾ ਮੇਰੇ ਵੀਰ ਇਹਦਾ ਵੀਰ ਜੀ ਨਾਮ ਹੈ ਮਲਤਾਨੀ ਸੋਨ ਵਾਲਾ ਤੇ ਇਹ ਵੇਖੋ ਇੱਕ ਜੀ ਦਾ ਇਹੀ ਆ ਨਾ ਤੁਹਾਨੂੰ ਬੇਸ ਚੈੱਕ ਕਰਵਾਈ ਆ ਇਹ ਕਿੰਨੇ ਦਾ ਇਹ ਵੀਰ ਜੀ ਹੈਗਾ ਪਾਕਿਸਤਾਨੀ 1000 ਰੁਪਏ ਕਿਲੋ ਇੰਡੀਅਨ ਤੁਹਾਡੇ 500 ਰੁਪਏ ਕਿਲੋ ਬਣੇ ਇਹ ਕਿੰਨਾ ਇਹ 1 ਕਿਲੋ ਦਾ ਪਾਕਿਸਤਾਨੀ 1000 ਰੁਪਏ ਕਿਲੋ ਅੱਧਾ ਕਿਲੋ 500 ਦਾ ਪਾਕਿਸਤਾਨੀ ਪ੍ਰਾਈਸ ਇੰਡੀਅਨ 500 250 ਤਕਰੀਬਨ ਅਗਰ ਤੁਸੀਂ ਲਾਓ ਐਦਾਂ ਨਹੀਂ ਸਭ ਗਾਰੀਆਂ ਚੱਲਦੀਆਂ ਜੀ ਘਰ ਤੋਂ ਬੰਦ ਆ ਲੋ ਤੇ ਜੁੱਤੀਆਂ ਮਿਲ ਜਾਣਗੀਆਂ ਆ ਵੇਖੋ ਅੱਛਾ ਜੁੱਤੀ ਕਿਹੜੀ ਮਰਜ਼ੀ ਲਾਓ ਤੁਹਾਨੂੰ ਬਿਲਕੁਲ ਰਿਆਦ ਮਿਲੇਗੀ ਵੀਰ ਜੀ ਲੱਕੀ ਲਾਓ 500 ਦੀ ਕਿਹੜੀ ਲਾਣੀ ਰਾਣੀ ਜੂਸ ਜਿਹੜਾ ਮਰਜ਼ੀ ਲਾ ਲਓ ਤੇ ਕੀ ਹਿਸਾਬ ਤਾਂ ਫਿਰ ਕਿਦਾਂ ਦਾ ਲੱਗਾ ਭਾਜੀ ਇੱਥੇ ਸ਼ਾਪਿੰਗ ਸ਼ੋਪਿੰਗ ਕਰਕੇ ਬਿੱਟੂ ਭਾਜੀ ਸ਼ਾਪਿੰਗ ਕਰਦੀ ਆ
ਤੇ ਇੱਕ ਭਾਜੀ ਦੇ ਕਿਹੜਾ ਕੁਰਤਾ ਭਾਜੀ ਕਿਹੜਾ ਕੁਰਤਾ ਜਾਮਾ ਲਿਆ ਜੇ ਬੋਸਕੀ ਵਾਲਾ ਕੁਰਤਾ ਜਾਮਾ ਆ ਦੀ ਭੁੱਖ ਵੀ ਲੱਗੀ ਸੀ ਬੜੀ ਚਰਨੀ ਯਾਰ ਇੱਕ ਜਗ੍ਹਾ ਹੋਰ ਤੇ ਪਾਕਿਸਤਾਨੀ ਸਮੋਸੇ ਜੇ ਇੰਡੀਅਨ ਕਰੰਸੀ ਨਾਲ 30 ਰੁਪਏ ਦਾ ਇੱਕ ਜੇ ਇੱਧਰ 60 ਰੁਪਏ ਦਾ ਆਈ ਥਿੰਕ ਸਰ ਤੋਂ ਵੀ ਪਲੱਸ ਹੋ ਜਾਂਦਾ ਹਨਾ ਰਾਣੀ ਫੂਡ ਫਲੋਟ ਅੱਛਾ ਪੀ ਚਲੀ ਇਹ ਕਹਿੰਦੇ ਇੱਥੇ ਸਪੈਸ਼ਲ ਆ ਪਾਕਿਸਤਾਨ ਦਾ ਦੇਖਦੇ ਕੀ ਹੈਗਾ ਇਹ 'ਚ ਹੈਗਾ ਤਾਂ ਜੂਸੀ ਆ ਅਤੇ ਸਪਰਾਈਟ ਜ਼ੀਰੋ ਸ਼ੂਗਰ ਇੰਡੀਆ 'ਚ ਨਹੀਂ ਆਉਂਦੀ ਆ ਕੋਈ ਨਹੀਂ ਉੜਦਾ ਹੀਰਾ ਵੀ ਹੈਗਾ ਜਿੱਥੇ ਕੀ ਰਿੰਗ ਲੈ ਸਕਦੇ ਜੇ ਲੈਣਾ ਕਮਰੇ ਦੇ ਪਰ ਕੰਮ ਨਹੀਂ ਆਉਂਦਾ ਨਾ ਬਿਲਕੁਲ ਹਾਂਜੀ ਖੋਇਆ ਸ਼ੇਕ ਖਜੂਰ ਸ਼ੇਕ ਮਾਰਕੀਟ ਇੱਥੇ ਇਹ ਸੀ ਪਾਕਿਸਤਾਨ ਦੀ ਕਰਤਾਰਪੁਰ ਸਾਹਿਬ ਦੀ ਮਾਰਕੀਟ ਆ ਜੀ ਇੱਕ ਸ਼ੇਕ ਲਿਆ ਜੇ ਭਾਜੀ ਕਿਹੜਾ ਸ਼ੇਕ ਹੈ ਇਹ ਹੈਗਾ ਜੀ ਖੋਇਆ ਖਜੂਰ ਸ਼ੇਕ ਖੋਇਆ ਖਜੂਰ ਸ਼ੇਕ ਪਾਕਿਸਤਾਨ ਦਾ ਫੇਮਸ ਅਤੇ ਹੈਗਾ ਪਾਕਿਸਤਾਨ ਦਾ ਫੇਮਸ ਜੇ ਪਰ ਹੈਗਾ ਕੋਸਟਲੀ ਆ ਇਹ 600 ਰੁਪਏ ਦੇ ਕਿੰਨੇ ਲਏ 2600 ਦੇ 2 ਲਏ ਜੀ ਆਪਾਂ 2.3 ਕਰਾਏ ਜੇ ਵੈਸੇ ਤਾਂ ਹਾਂਜੀ ਹੋ ਗਏ ਫ੍ਰੀ ਅਤੇ ਮਾਰਕੀਟ ਵੀ ਘੁੰਮ ਲਿਆ ਅਤੇ ਗੁਰਦੁਆਰੇ ਸਾਹਿਬ ਵੀ ਦਰਸ਼ਨ ਕਰ ਲਏ ਸੀ ਅਤੇ ਚਾਰ ਕੁ ਵਜੇ ਦਾ ਟਾਈਮ ਵਾਪਸੀ ਦਾ ਆ ਅਤੇ ਜਾ ਰਹੇ ਹਾਂ ਹੁਣ ਅਸੀਂ ਗੁਰਦੁਆਰੇ ਵੱਲ ਜੋੜੇ ਪਾਵਾਂਗੇ ਫਿਰ ਇਮੀਗ੍ਰੇਸ਼ਨ ਵੱਲ ਲਓ ਜੀ ਆ ਗਏ ਹਾਂ ਅਸੀਂ ਵਾਪਸ ਅੱਜ ਦਾ ਟੂਰ ਸਾਡਾ ਇੱਕ ਦਿਨ ਦਾ ਖਤਮ ਜੇ ਅਤੇ ਅਸੀਂ ਦਰਸ਼ਨ ਕਰਤਾਰਪੁਰ ਸਾਹਿਬ ਦੇ ਕਰ ਲਏ ਨੇ ਅਤੇ ਬਸ ਥੋੜ੍ਹੀ ਦੇਰ ਅਸੀਂ ਪਾਕਿਸਤਾਨੀ ਇਮੀਗ੍ਰੇਸ਼ਨ ਕਲੀਅਰ ਕਰਾਏ ਹਾਂ ਹੁਣ ਇੰਡੀਅਨ ਇਮੀਗ੍ਰੇਸ਼ਨ 'ਤੇ ਜਾਵਾਂਗੇ ਅਤੇ ਹਾਂਜੀ ਪਿੱਛੇ ਬੋਰਡ ਲੱਗਾ ਜੀ ਵੈਲਕਮ ਟੂ ਪਾਕਿਸਤਾਨ ਦਾ ਹੁਣ ਅਸੀਂ ਪਾਕਿਸਤਾਨ ਦਾ ਬਾਰਡਰ ਕਰੋਸ ਕਰਕੇ ਇੰਡੀਆ 'ਚ ਐਂਟਰ ਹੋਵਾਂਗੇ ਜ਼ੀਰੋ ਲਾਈਨ ਤੋਂ ਪਰ ਇੱਕ ਦੋ ਇਨਫੋਰਮੇਸ਼ਨਸ ਹੈਗੀਆਂ ਨੇ ਜਿਹੜੀਆਂ ਜ਼ਰੂਰੀ ਨੇ ਕਿ ਇੱਕ ਤੁਸੀਂ ਇੱਥੋਂ ਦੀ ਮਿੱਟੀ ਇੰਡੀਆ 'ਚ ਨਹੀਂ ਲੈ ਕੇ ਜਾ ਸਕਦੇ ਕੋਈ ਸੀਡ ਵਾਲਾ ਫਰੂਟ ਜਾਂ ਜਿੱਦਾਂ ਛੁਹਾਰੇ ਵਗੈਰਾ ਜਾਂ ਕੋਈ ਫਰੂਟ ਜਿਹ 'ਚ ਸੀਡ ਹੋਣ ਉਹ ਵੀ ਨਹੀਂ ਲੈ ਕੇ ਜਾ ਸਕਦੇ ਨਾ ਤੁਸੀਂ ਪਾਕਿਸਤਾਨ ਦੀ ਕਰੰਸੀ ਇੰਡੀਆ 'ਚ ਲੈ ਕੇ ਐਂਟਰ ਕਰ ਸਕਦੇ ਹੋ ਉਹ ਵੀ ਬੈਨ ਆ ਅਤੇ ਦੂਜਾ ਇੱਕ ਇਨਫੋਰਮੇਸ਼ਨ ਹੋਰ ਦੇ ਨਹੀਂ ਕਿ ਇੱਕ ਚੀਜ਼ ਬੜੇ ਧਿਆਨ ਨਾਲ ਰੱਖਿਓ ਕਿ ਜਿਹੜੇ ਤੁਸੀਂ $20 ਫੀਸ ਲੈ ਕੇ ਆਉਂਦੇ ਹੋ ਉਹ ਬਹੁਤ ਨੋਟ ਜਿਹੜਾ ਡੋਲਰ USD ਡੋਲਰ ਆ ਉਹ ਬੜਾ ਨਵਾਂ ਨੋਟ ਹੋਣਾ ਚਾਹੀਦਾ ਜੇ ਪੁਰਾਣਾ ਨੋਟ ਆ ਉਹ ਅਸੈਪਟੇਬਲ ਨਹੀਂ ਹੈਗਾ ਉੱਥੇ ਇੰਡੀਆ 'ਚ ਡੋਲਰ ਦਾ ਰੇਟ 84 ਰੁਪਏ ਆ ਅੱਜ ਦਾ ਅਤੇ ਇੱਥੇ ਹੈਗਾ ਸੀਗਾ ਸਾਨੂੰ ਉੱਥੇ ਪੇ ਕੀਤੇ ਸੀ $1680 ਰੁਪਏ $20 ਦੇ ਅਤੇ ਪਾਕਿਸਤਾਨ 'ਚ ਸਾਨੂੰ ਪੇ ਕਰਨੇ ਪਏ 2500 ਰੁਪਇਆ ਇਸ ਕਰਕੇ ਉਹ ਨੋਟ ਜਿਹੜਾ ਨਾ ਬਿਲਕੁਲ ਨਵਾਂ ਹੋਣਾ ਚਾਹੀਦਾ ਜੇ ਇਹ ਚੀਜ਼ ਦਾ ਧਿਆਨ ਰੱਖਿਓ ਇੱਕ ਤੁਸੀਂ ਕਰੰਸੀ ਇੱਥੋਂ ਉੱਧਰ ਨਹੀਂ ਲੈ ਕੇ ਜਾ ਸਕਦੇ ਹੁਣ ਥੋੜ੍ਹੀ ਦੇਰ ਤੱਕ ਆਪਾਂ ਪਾਕਿਸਤਾਨ ਦਾ ਬਾਰਡਰ ਕਰੋਸ ਕਰਕੇ ਅਤੇ ਇੰਡੀਆ 'ਚ ਐਂਟਰ ਹੋਵਾਂਗੇ ਇੱਕ ਮੈਂ ਹੋਰ ਥੈਂਕਸਫੁੱਲ ਕਰਨਾ ਚਾਹੁੰਦਾ ਇੰਡੀਅਨ ਗੌਰਮੈਂਟ ਦਾ ਅਤੇ ਪਾਕਿਸਤਾਨ ਗੌਰਮੈਂਟ ਦਾ ਬੜਾ ਥੈਂਕਫੁੱਲ ਆ ਕਿ ਜਿਨ੍ਹਾਂ ਨੇ ਆ ਕੋਰੀਡੋਰ ਬਣਾ ਕੇ ਅਤੇ ਸਾਡੀ ਜਿਹੜੀ ਯਾਤਰਾ ਆ ਸਾਨੂੰ ਦਰਸ਼ਨ ਦਰਾਰੇ ਕਰਾਉਣ ਦਾ ਮੌਕਾ ਮਿਲਿਆ ਅਤੇ ਮੈਂ ਇਸ ਚੀਜ਼ ਦਾ ਬਹੁਤ ਥੈਂਕਸਫੁੱਲ ਆ
आ रहा है पाकिस्तान का बॉर्डर और इंडिया का बॉर्डर, बस थोड़ी देर तक आप क्रॉस कर लें। तो अज का व्लॉग साडा इन्ना ही, तो जे तुहानू वीडियो चंगी लगी हो तो लाइक करो, शेयर करो, तो सबसक्राइब करो। प्लीज़ प्लीज़ सबसक्राइब जरूर कर दौ, क्योंकि तुहाडी सबसक्राइब तो लाइक जड़े ना वो मैनू मोटीवेट जरूर करते, भावें मैं वीडियो पाव ज ना पाव। थैंक्स जी।